ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਹੁਣੇ-ਹੁਣੇ ਸੀਐਮ ਚੰਨੀ ਨੇ ਪੰਜਾਬ 'ਚ ਕਰਫਿਊ ਲਗਾਉਣ ਬਾਰੇ ਅਤੇ ਸਕੂਲ ਨੂੰ ਬੰਦ ਕਰਨ ਬਾਰੇ ਕਰਤੇ ਵੱਡੇ ਐਲਾਨ ਤਾਜ਼ਾ ਵੱਡੀ ਖਬਰ ਆਈ ਹੈ ਜੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤਵਾ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਤੇ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ 'ਚ ਜੀ ਉੱਥੇ ਜਾ ਕੇ ਤੁਸੀਂ ਆਨਲਾਈਨ ਸ਼ਾਪਿੰਗ ਕਰ ਸਕਦੇ ਹਾਂ ਹਾਂ ਜੀ ਹੋੜੇ-ਹੁੜੇ ਸਰਦਾਰ ਚੰਦੀ ਸਿੰਘ ਚੰਨੇ ਨੇ ਵੱਡਾ ਲਾਹਨਤ ਕੀਤਾ ਹੈ ਤੇ ਸਕੂਲ ਕਾਲਜ ਬੰਦ ਕਰਨ ਦੇ ਦੇਸ਼ ਜਾਰੀ ਕਰਦੇ ਇਸ ਨਾਲ ਹੀ ਪੰਜਾਬ ਚ ਰਾਤ ਦਾ ਕਰਫਿਊ ਵੀ ਲਗਾ ਦਿੱਤਾ ਹੈ ਕਰੋਨ ਦੇ ਚਲਦੇ ਪੰਜਾਬ ਇਸ ਸਖਤੀ ਨੂੰ ਵਾਦਾ ਦਿੱਤਾ ਗਿਆ ਹੈ ਸੂਬਾ ਸਰਕਾਰ ਉੱਤੇ ਰਾਤ ਦਾ ਕਰਫਿਊ 10 ਤੋਂ ਲੈ ਕੇ ਸਵੇਰੇ 5 ਵਜੇ ਤੱਕ ਕੀਤਾ ਜਾਣ ਦਾ ਲਾਹਨਤ ਕੀਤਾ ਹੈ ਉਥੇ ਬਿਨਾ ਕਿਸੇ ਕਾਮਦਗਰ ਕੋਈ ਵੀ ਵਿਅਕਤੀ ਰਾਤ ਦੇ ਵਿੱਚ ਲਾਗੂ ਕੀਤੇ ਗਏ ਇਸ ਕਰਫਿਊ ਦੌਰਾਨ ਕੋਈ ਵੀ ਵਿਅਕਤੀ ਕੋਮ ਦਾ ਨਜ਼ਰ ਆ ਰਿਹਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਐਮਰਜੈਂਸੀ ਸਥਿਤੀ ਮੈਡੀਕਲ ਸਹੂਲਤਾਂ ਵਾਲੇ ਜਾਣ ਵਾਲੇ ਲੋਕਾਂ ਨੂੰ ਛੋੜ ਦਿੱਤੀ ਜਾਏਗੀ ਰਾਤ ਦੇ ਕਰਫਿਊ ਦੇ ਨਾਲ ਹੀ ਸਕੂਲ ਯੂਨੀਵਰਸਿਟੀਆਂ ਕਾਲਜ ਵੀ ਬੰਦ ਕੀਤੀਆਂ ਗਈਆਂ ਨੇ ਸੂਬਾ ਸਰਕਾਰ ਰਾਤ ਦੇ ਕਰਫਿਊ ਨੂੰ 15 ਜਨਵਰੀ ਤੱਕ ਲਾਗੂ ਕੀਤੇ ਜਾਣ ਦਾ ਐਲਾਨ ਕੀਤਾ ਹੈ ਸੂਬਾ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਰੈਸਟੋਰੈਂਟ ਸਿਨੇਮਾ ਹਾਲ ਹੋਟਲ ਜਿਮ ਆਦਿ ਨੂੰ ਪੰਜਾਬ ਸਿੱਧੀ ਸਮਰਥਾ ਨਾਲ ਖੋਲਣ ਦੀ ਛੋਟ ਦਿੱਤੀ ਗਈ ਹੈ ਲੋਕਾਂ ਨੂੰ ਕਰੋਨਾ ਸਬੰਧੀ ਲਾਗੂ ਕੀਤੇ ਗਏ ਪਾਬੰਦੀਆਂ ਦੀ ਪਾਲਣ ਕਰਨ ਦੀ ਵੀ ਸਖਤੀ ਦੇ ਨਾਲ ਤਾੜਨਾ ਜਾਰੀ ਕੀਤੀ ਗਈ ਹੈ ਤੇ ਖਬਰ ਉਸ ਦੇਖਣ ਲਈ ਤੁਹਾਡਾ ਬਹੁਤ ਬਹੁਤ